कौन नहीं देता है कि बिल्ला बंदा पुरसता यार। तीजी लोग को भी सवाल आ रहा है, बिल्ला बंदा पुरसता यार। तीजी लोग ओहो शुरुआत नहीं वासी जी चाह पिया हुआ है ना ना। अब वासी तक हमारे यहाँ दुश्मन होती है, पानी पूरी पी के आओ। बिल्ला बंदा पुरसता यार तीजी लोग को भी सवाल आ रहा है, तन्ना दा ना करिए तबार। बिल्ला बंदा पुरसता यार तीजी लोग को भी सवाल आ रहा है, तन्ना दा ना करिए तबार। अख दुश्मन ना लड़दी नहीं, गूंगा गीत कदे नहीं गाउंदा, जन खुसरे दी चढ़। गूंगा गीत कदे नहीं गाउंदा, जन खुसरे दी चढ़। पर की करिए, सारा कुछ उस महाराज दे उस कुदरत दे हाथ है। कौन चाहता मैं कैदी होवां विच जेल ते बैठा रोवां, कौन चाहता मैं कैदी होवां विच जेल ते बैठा रोवां। अपने आप ही कुदरत सब खेड रचाउंदी है, कोई जमदा ही मुजरम नहीं हुंदा, आ तकदीर बणाउंदी। कोई जमदा ही मुजरम नहीं हुंदा, आ तकदीर नहीं लोड़ दुश्मना दी, जिस दे मित्र शुरिया वर्गे। सारे नवे पुराने गीता दा दौर कम करते, बहुत गलतियां होंदियां ने जो ना सारी गलतियां दी वाफी। सब तो पहला सोचे यार बिना मेरा जी नहीं लगता।
ਕਹਿੰਦੇ ਸੌ ਤੇਰੀ सरपंच ना रख दिया ना जी ओदा भी कोई मतलब आप तो वड्डे नूं सर क्यों कहने कदे ऑफिसर दे सामने खड़दे आ आप कहने जी सर ओके सर ओके सर ਜਿਹੜਾ ਸਰ ਤੇ ਪੰਚ ਪੰਚਾਂ ਦਾ ਸਰ ਹਨਾ ਜੀ ਪੰਚਾਂ ਤੇ ਉੱਤੇ ਜਿਹੜਾ ਅਹੁਦਾ ਹੁੰਦਾ ਉਹਨੂੰ ਸਹੀ ਮਾਇਨੇ ਚ ਸਰਪੰਚ ਕਹਿੰਦੇ ਆਪਾਂ ਕਈ ਸ਼ਬਦ ਐਸੇ ਬੋਲਦੇ ਆ ਜਿਨ੍ਹਾਂ ਦਾ ਮੀਨਿੰਗ ਹੀ ਨਹੀਂ ਪਤਾ ਬਸ ਦੁਨੀਆ ਮਗਰ ਲੱਗ ਕੇ ਆਪਾਂ ਬੋਲੀ ਜਾਂਦੇ ਹਨਾ ਜੀ ਹਰ ਹਰ ਚੀਜ਼ ਦਾ ਮਤਲਬ ਹੁਣ ਆਪਾਂ ਕਹਿੰਦੇ ਯਾਰ ਸਰਕਾਰ ਮਾੜੀ ਆ ਗਈ ਆਪ ਸਰਕਾਰ ਆ ਜਾਂਦੀ ਨਾ ਚੰਗਾ ਹੋ ਜਾਂਦਾ ਆ ਸਰਕਾਰ ਆ ਜਾਂਦੀ ਚੰਗਾ ਹੋ ਜਾਂਦਾ ਪਰ ਸਰਕਾਰ ਦਾ ਮਤਲਬ ਕਿਸੇ ਨੂੰ ਨਹੀਂ ਪਤਾ ਸਹੀ ਮਾਇਨੇ ਸਰ ਦਾ ਮਤਲਬ ਹੱਲ ਕਰਨਾ ਦੋ ਮਤਲਬ ਬਣਦੇ ਨੇ जगन गगन गगनाल जी गगन सिंह सरपंच गगन आसमान गगन सिंह सरपंच साहब 1100 रुपए साड़ी छोटी जी पार्टी का मान करते ने ਅਸੀਂ ਤੇ ਦਿਲੋਂ ਬਹੁਤ ਰਵਾਈ ਬਸ ਸਾਜਾਂ ਦਾ ਵੀ ਕਹਿਦਾ ਸਾਡੇ ਸਰਕਾਰ ਜੋ ਗਗਨ ਸਿੰਘ ਸਰਪੰਚ ਸਾਹਿਬ 1100 ਰੁਪਏ ਸਾਡੀ ਛੋਟੀ ਜਿਹੀ ਪਾਰਟੀ ਦਾ ਮਾਣ ਕਰਦੇ ਨੇ ਜੀ ਅਸੀਂ ਸਰਪੰਚ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਨ ਆਤੂ ਤਰੀਜੀ ਤੋਂ ਪਾਸੇ ਹੋ ਜਾਓ ਜੀ ਮਾੜਾ ਜੀ ਹੈ ਨਹੀਂ ਹੈ ਨਹੀਂ ਅੱਛਾ ਅੱਛਾ ਹਰ ਇੱਕ ਗੱਲ ਸਿਆਣੇ ਕਹਿੰਦੇ ਆ ਵੀ ਸਮਾਂ ਮਾੜਾ ਹੋਵੇ ਤੇ ਖਾਲੀ ਚੱਲ ਜਾਂਦੀ ਕਹਿੰਦੇ ਸਮਾਂ ਸਮਾਂ ਲੋਕ ਕਹਿੰਦੇ ਨੇ ਬੰਦੇ ਨੂੰ ਬੰਦੇ ਤੋਂ ਡਰਨਾ ਚਾਹੀਦਾ ਪਰ ਮੈਂ ਕਹਿੰਦੀ ਸਮੇਂ ਤੋਂ ਡਰਨਾ ਚਾਹੀਦਾ ਜੇ ਸਮਾਂ ਤੁਹਾਡੇ ਹੱਕ 'ਚ ਹੈ ਤਾਂ ਤੁਹਾਡਾ ਦੁਸ਼ਮਣ ਵੀ ਕਿਤੇ ਨਾ ਕਿਤੇ ਤੁਹਾਡਾ ਫਾਇਦਾ ਕਰਦਾ ਕਹਿੰਦੇ ਜੇ ਸਮਾਂ ਖਿਲਾਫ ਹੋ ਗਿਆ ਤਾਂ ਕਿਤੇ ਨਾ ਕਿਤੇ ਮਿੱਤਰ ਵੀ ਤੁਹਾਡੇ ਦੇ ਵਾਰ ਕਰਜੂ ਇਸੇ ਕਰਕੇ ਹਮੇਸ਼ਾ ਸਮਾਂ ਤੁਹਾਡਾ ਸਭ ਤੋਂ ਬਿਹਤਰੀਨ ਸਾਥੀ ਤੇ ਇਹਦੇ ਨਾਲ ਜੀ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਭੈਣ ਜੀ ਤੁਸੀਂ ਸਾਰੇ ਸੁਸਤ ਕਿਉਂ ਕੈਮਰਾ ਤਾਂ ਹੁਣ ਮੇਰੇ ਵੱਲ ਹੈ ਤੁਹਾਡੇ ਵੱਲ ਹੈ ਨਹੀਂ ਕੈਮਰਾ ਕਿਤੇ ਆਈ ਦੇਖੀ ਜਾਊਂ ਅੜੀਏ ਜੇ ਹੱਸ ਪਈਆਂ ਸਾਡੇ ਜੇਠ ਨੇ ਦੇਖ ਲਿਆ ਜਾਂ ਸਹੁਰੇ ਨੇ ਦੇਖ ਲਿਆ ਸਾਡੇ ਬਾਬੇ ਨੇ ਵੇਖ ਲਿਆ ਤੇ ਕੀ ਕਹੂੰ ਕੈਮਰਾ ਹੁਣ ਤੁਹਾਡੇ ਵੱਲ ਹੈ ਨਹੀਂ ਹੱਸ ਲਓ ਬਿਚਾਰੀਆਂ ਆਏ ਬੈਠੀਆਂ ਜਿਵੇਂ ਬੰਨ ਕੇ ਭਾਈਆਂ ਹੁੰਦੇ ਕਹਿੰਦੇ ਨਾ ਮੇਰੀ ਭੈਣ ਹੱਸੋ ਕੈਮਰੇ ਦਾ ਮੂੰਹ ਇੱਧਰ ਆ ਹੁਣ ਮੈਂ ਵੀ ਆਖਾਂ ਵੀ ਇਲਾਕਾ ਤਾਂ ਬੜਾ ਖੁਸ਼ ਤਬੀਤ ਹੈ ਅੱਜ ਬਿਚਾਰੀਆਂ ਬੱਜ ਗਈਆਂ ਕਿਉਂ ਬੈਠੀਆਂ ਨੇ ਹੁਣ ਕੈਮਰੇ ਦਾ ਮੂੰਹ ਇੱਧਰ ਹੈ ਜਿਹੜੀ ਗੱਲ ਤੁਸੀਂ ਸੋਚਦੇ ਹੋ ਉਹ ਵੀ ਸਹੀ ਹੈ ਹਨਾ ਤੁਸੀਂ ਆਪਦੀ ਥਾਂ ਤੇ ਗਲਤ ਨਹੀਂ ਕਈ ਜਿਹਨੇ ਸ਼ਰਮ ਰੱਖ ਲਈ ਉਹਨੇ ਗਹਿਣਾ ਪਾ ਲਿਆ ਜੇ ਤੁਸੀਂ ਸ਼ਰਮ ਰੱਖਦੇ ਹੋ ਤੇ ਮੈਂ ਤੁਹਾਨੂੰ ਸਲੂਟ ਕਰਦੀ ਇਸੇ ਕਰਕੇ ਆ ਜਿਹੜੀ ਸ਼ਰਮ ਮੈਂ ਦੂਰ ਕੀਤੀ ਹੈ ਵੀ ਕੈਮਰੇ ਦਾ ਮੂੰਹ ਹੁਣ ਇੱਧਰ ਹੈ ਤੁਹਾਡੇ ਵੱਲ ਹੱਸ ਲਿਆ ਇਸੇ ਕਰਕੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਗਮੇ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਕਹਿੰਦੇ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਂ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਂ ਉਹ ਥਾਂ ਨਾਲੋਂ ਬੰਦਾ ਘੜਾ ਚੰਗਾ ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਕਹਿੰਦੇ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਂ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਂ ਉਸ ਥਾਂ ਨਾਲੋਂ ਬੰਦਾ ਖੜਾ ਚੰਗਾ ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ ਕਿਸੇ ਅਬਦੁਲ ਫਕੀਰ ਦਾ ਖੜਾ ਚੰਗਾ ਕਹਿੰਦੇ ਮਾੜੀ ਔਰਤ ਨਾਲ ਬੰਦੇ ਦੇ ਪਵੇ ਪੱਲੇ ਮਾੜੀ ਔਰਤ ਨਾਲ ਬੰਦੇ ਦੇ ਪਵੇ ਪੱਲੇ ਇਹਦੇ ਨਾਲੋਂ ਤਾਂ ਬੰਦਾ ਸਿਆਣੇ ਨੂੰ ਇਸ਼ਾਰਾ ਬਹੁਤ ਪਰ ਇੱਕ ਗੱਲ ਹੈ ਭਾਈ ਜੀ ਜੇ ਗੱਲ ਆ ਕੇ ਜਨਾਨੀ ਤੇ ਡਿੱਗਦੀ ਤੇ ਬਚਦਾ ਮਰਦ ਵੀ ਨਹੀਂ ਮਰਦ ਵੀ ਸਹਿਬਾੜੀ ਜ਼ਿੰਦਗੀ ਹਟਾਉਂਦਾ ਦੂਜੀ ਤੇ ਆਈ ਕਹਿੰਦੇ ਮਰਦ ਥੋੜਾ ਜਿਹਾ ਗੁੱਸੇ ਖੋ ਰਿਹਾ ਹੈ ਤਲਖ ਸੁਭਾਅ ਦਾ ਹੈ ਗਰਮ ਜਾਈਦਾ ਹੈ ਕਿਸੇ ਵੇਲੇ ਦੋ ਲੱਗ ਜਾਣ ਜੀ ਮਿੱਟੀ ਮੁੱਟੀ ਝੜਦੀ ਰਹਿੰਦੀ ਕਿਉਂ ਭਾਈ ਆਂਡ ਗਵਾਂਡ ਰਿਸ਼ਤੇਦਾਰ ਦੋਸਤ ਮਿੱਤਰ ਪਤਾ ਕੀ ਕਹਿੰਦੇ ਬੰਦਾ ਯਾਰ ਸ਼ੈਤਾਨ ਹੈ ਰਾਕਸ਼ਸ ਹੈ ਜਨਾਨੀ ਨੂੰ ਕੁੱਟਣਾ ਜੋ ਜੀ ਕੰਧ ਕੁੱਟਦੀ ਹੋਈ ਜੀ ਜਨਾਨੀ ਕੁੱਟਦੀ ਤੇ ਜੇ ਉਹੀ ਬੰਦਾ ਵਿਚਾਰਾ ਕਰਮਾਂ ਦਾ ਮਾਰਿਆ ਕਿਉਂ ਸਰਦਾਰ ਸਾਹਿਬ ਬਿਮਾਰੀ ਠਮਾਰੀ ਵੇਲੇ ਬੇਬੇ ਨੇ ਜ਼ਰੂਰ ਇੱਕ ਕੱਪ ਚਾਹ ਦਾ ਬਣਾਇਆ ਹੋਣਾ
ਤੇ ਸਿਰ ਸੁਰ ਦੁਖਦਾ ਹੋਵੇ ਬੰਦਾ ਆਲਾ ਦਾਲਾ ਜਾਂ ਦੇਖ ਕੇ ਦੋ ਕੱਪ ਚਾਹ ਦੇ ਪਿਆ ਦੇ ਫਿਰ ਇੱਧਰ ਆਲੇ ਦੁਆਲੇ ਨੂੰ ਪਤਾ ਲੱਗ ਜੇ ਫਿਰ ਉਹੀ ਯਾਰ ਉਹੀ ਮਿੱਤਰ ਉਹੀ ਰਿਸ਼ਤੇਦਾਰ ਪਤਾ ਕੀ ਕਹਿੰਦੇ ਪਤਾ ਯਾਰ ਜਨਾਨੀ ਦਾ ਗੋਲਾ ਚਾਹ ਬਣਾ ਬਣਾਈ ਪਈ ਹੈ ਕਹਿੰਦੇ ਜੇ ਇੱਕ ਲੱਗ ਗਈ ਤਾਂ ਵਿਚਾਰੇ ਨੂੰ ਸ਼ੈਤਾਨ ਬਣਾ ਦੇਣਾ ਰਾਕਸ਼ ਬਣਾ ਦੇਣਾ ਤੇ ਜੇ ਇੱਕ ਕੱਪ ਚਾਹ ਦਾ ਪਿਆ ਤਾਂ ਉਹਨੂੰ गुलाम बना देना यह दुनियादारी है जी तो ये ना जी मापिया दे कर रही लाडली सहरे लाले काम भी मेरा उड़े जालमा सोने वर्गा रंग थोनू लगता भैन जी भी हम सोने वर्गा रंग उड़ता हूँ थैंक यू शुक्रिया शुक्रिया हूँ तो माँ बाप ही गल खोल के भेजते हैं भी भाई साड़ी बहु कुड़ी है ना जी ना गोहा चकू ना भांडे मांजू ना लिपू ना खेत जाऊ ना सिरी दी रोटी बनाऊ बस जेडे दो चार फुलके है वो सुरखी बिंदी ला के पकाऊ तो वो फुलके भी केड़ा ध्यान बनाउणे है उन्हें ना 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 हले गैस ते तवा धर दिंदी है आउन बाद च करदी है पहला रसोई दे गेट च आके सारे टब्बर दे मुंह वल जाके पुछदी है किन्नियां खाऊ ਜਿਹੜੀਆਂ ਕਿਉਂ ਸਹੀ ਹੈ ਨਾ ਜੀ ਜਿਹੜੀਆਂ ਚਾਰ ਰੋਟੀਆਂ ਬਣਾਉਣੀਆਂ ਉਹ ਵੀ ਗਿਣ ਕੇ ਬਣਾਉਣੀਆਂ ਹੁਣ ਆ ਲੱਕ ਤੇ ਸਹੀ ਗੱਲ ਹੈ ਹਲੋ ਹੁਣ ਤਾਂ ਕਮਰ ਕੋਮਰ ਲੱਕ ਵਾਲੇ ਤਾਂ ਗੀਤਾਂ 'ਚ ਹੀ ਗੱਲਾਂ ਰਹਿ ਗਈਆਂ ਹੁਣ ਤਾਂ ਕਮਰ ਦੇ ਸੁੱਖ ਨਾਲ ਕਮਰੇ ਬੜੇ ਪਏ ਭੈਣ ਜੀ ਬੁਰਾ ਹਾਲ ਹੈ ਕੋਈ ਵੀ ਧੁੱਪੇ ਨਿਕਲਣ ਵਾਲੀ ਚਾਹੀਦਾ ਤੇ ਇਹਦੇ ਨਾਲ ਜੀ ਪਰ ਕੌਣ ਕਿਸੇ ਦੀ ਮੰਨਦਾ ਹੈ पर उस तो पहला मापिया दे कर रही लाडली सौरे लाले काम वे मेरा उड़े जालमा सोने वर्गा रंग बिरंग
शुक्रिया। इधर सुना औखा लगता जी, शुक्र है तुसी हसे हो। तो किसी शायर ने बहुत वधिया लिखा है कि बागां विच मोर तोते झुरमटा पाउण भावें माली दे हुंदे फुल झड़दे नहीं चाहिए। मैं कल किसी कथा वाचक दी कथा सुन रही सी, उन्होंने एक गल कही कि जदों कलयुग का पसारा होया तो उदों बाबे नानक दी एक इलाही जोत ने जन्म लिया। वो कथा वाचक ने कहा कि जदों कलयुग का पसारा होया उदों बाबे नानक जही इलाही जोत ने इस धरती ते चानण कीता। जे उदों भी कलयुग सी ते हुण की है? जो बाबे नानक वर्गिया हस्तियां इस धरती ते सी कलयुग उदों भी सी, कलयुग हुण भी है, कलयुग उहनां तों पहलां भी सी। इहदा मतलब जदों इंसान बन गया कलयुग नाल दी नाल ही बन गया। जदों ही इंसान ने धरती ते आपदे पैर पसार ले ते कलयुग ने तां पसारा फिर नाल दी नाल ही कर लिया। अज तों हजारां साल पहलां भी कलयुग सी ते अज भी कलयुग, कलयुग दा खात्मा होया नहीं। जदों मर्द ते औरत दा इंसानां दा जामा हो गया ना, पर कलयुग इस कलयुग च आपां की कर सकदे आं कि बागां विच मोर तोते झुरमटा पाउण भावें माली दे हुंदिआं फुल झड़ने नहीं चाहीदे। सरपंच साहब हुण जिहड़ा दौर चल रिहा है हुण माली बैठा ते फुल झड़ झड़ के झूड़दिआं ते डिग्गी जांदे। जदों फुल जोबन ते आउंदे आ माली दे खुश होण दा टाइम आउंदा, पूरी जिंदगी दे के जदों फुल्लां नूं जोबन ते लिआउंदा ना माली, जदों उही फुल मर जांदे ने, कोई चिट्टे ना दा जा बुराई ना दा पंछी आउंदा, वो फुल्लां नूं डुंग के मार के ठुंग हो गया हो गया हो गया, ते वो फुल मरझा के जदों माली दी झोली च डिग पैंदे ने फिर माली दा जीवना नहीं कले सां वगदे ने। इसे करके शायर ने बहुत वधिया लिखा है कि बागां विच मोर तोते झुरमटा पाउण भावें माली दे हुंदिआं फुल झड़ने नहीं चाहीदे। कहिंदे कद्दू घिओ तोरियां दी बल भावें किड्डी होजे, निम ते करेले कदे चढ़ने नहीं चाहीदे। देख किसे खांदे तां सड़गे ना दिला, देख किते सांदे ताई सड़िए ना दिला, आंडी ते गुआंडी कदे लड़ने नहीं चाहीदे। चलदी दा नाम गड्डी कहंदे ने दलेरा सारे, चलदी दा नाम गड्डी कहंदे ने दलेरा सारे, कहंदे पहिया ते गवैया कदे खड़ने नहीं चाहीदे, पहिया ते गवैया कदे खड़ने नहीं चाहीदे। साडे गगन सिंह सरपंच साहब 1100 आ गया जी, अच्छा रह गया जी साडे टाइमिंग ओके सर, जरूर जी जरूर। पर जिहड़ा सत्कार है थोड़ा ये बहुत वड्डा, 1100 रुपए साढ़े गगन सिंह जी सरपंच साहब उन्हां दे नाल जो भी सत्कार योग हासिल विराजमान होईयां ने। पर ये कलयुग है सरपंच साहब, मेरा मन ही नहीं मेरी मानदा, मैं किसी नूं होर गल की मनाऊं, आपां किसी नूं की मना सकदे आ। इसे करके कहिंदे ने कि सहेली खातर चीज ब्रांडेड लैंदा सी के गुची, सहेली खातर चीज ब्रांडेड लैंदा सी के गुची, खुद रेबंदी गौबर लाउंदा मां दी ऐनक टुटी। सहेली खातर चीज ब्रांडेड लैंदा सी के गुची, खुद रेबन दी गॉगल लाउंदा मां दी ऐनक टुटी। कहिंदे बैंक मैनेजर डरते रहिंदा लोन ते लई सफारी, लख लाण तो उस रांझे दे जिहदे प्यो सर करजा भारी। कहिंदे हीर ना इश्क लड़ाउंदा फिरदा घर विच भैण कवारी। अगे साडे बजुर्ग साडियां माता नूं कहिंदे हुंदे सी भगवान ने मरला वेखणा नहीं चाहीदा, ताकि इक दी थां ते भावें तन्ना ला दे। हुण अज दी यूथ कहिंदी है बापू तन मंजिली कोठी चाहिए, गड्डी इंडेवर चाहिए, आईफोन चाहिए, एडिडास दे शू, हर चीज ब्रांड होनी चाहिए, अंगूठा एक दी थां ते भावें पंज ते ला दे। गल अंगूठे दी, पहला अंगूठा बंदा मरदा मरदा भी नहीं लाउंदा सी ते हुण अंगूठा आम ही हो गया। ਹੁਣ ਤਾਂ ਜੇ ਇੱਕ ਟਾਈਮ ਦੀ ਰੋਟੀ ਮਾੜੀ ਜੀ ਰੁੱਖੀ ਮਿਸੀ ਖਾ ਲਈ ਨਾਲ ਦੀ ਨਾਲ ਹੀ ਤੇਰੇ ਮੇਰੇ ਵਰਗੇ ਕਹਿ ਦਿੰਦੇ ਲਾਇਆ ਅੰਗੂਠਾ ਰੁੱਖੀ ਰੋਟੀ ਖਾਈ ਜਾਂਦੇ ਆ, ਉਹਦਾ ਕੀ ਫਾਇਦਾ? ਕਹਿੰਦੇ ਬੰਦੇ ਦੀ ਸ਼ੌਹਰਤ ਉਦੋਂ ਬਣਦੀ ਹੈ, ਪਿਓ ਦਾਦੇ ਦੀ ਤਾਂ ਜਣੇ ਖਾਣੇ ਨੂੰ ਮਿਲ ਜਾਂਦੀ ਹੈ, ਹਨਾ ਜੀ। ਜਦੋਂ ਬੰਦਾ ਖੁਦ ਕਮਾ ਕੇ ਖਾਂਦਾ ਨਾ ਉਦੋਂ ਪਤਾ ਲੱਗਦਾ ਵੀ ਸਾਡੇ ਮਾਂ ਬਾਪ ਨੇ ਇਹ ਕਮਾਈ ਕਿਵੇਂ ਕੀਤੀ ਹੈ। ਇਹਦੇ ਨਾਲ ਜੀ ਸਹੇਲੀ ਖਾਤਾ ਚੀਜ਼ ਬਣਾਉਂਦੇ ਲੈਂਦਾ ਸੀ ਕੋਈ ਗੁੱਜੀ।
मेरा लौंग खड़ा सामने तू लौंग ते मेला जी तेरे पीछे जागवा जी तू लौंग ते मेला तेरे पीछे जागवा जी तेरे इश्क के मारे कोड़ी कच्चे जीते कवारे वे मैं चंबे दे पहाड़ बड़ी संदली संदली नैना मुझे तेरा वन टू थ्री फोर कहते कुछ ना सोचे प्यो की पग ते मां की चुन्नी बारे
लख लाण तो उस धी दे जिड़े अनपढ़ मापे चार पर एक मैं कौड़ी जी गल कर लगी आप कहने नहीं फलां औरत बड़ी गलत है यार ना 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 अपने का जनानी का नून उधर करी ना जान दियो ना वो पिंड दी छोटी फलां औरत फलाने पिंड दी जनानी बहुत गलत है बिना मर्द तो जनानी गलत हो जाए उन्हें गुनाहगार बनाने वाला केड़ा मर्द फिर कली औरत नु तुसी नहीं कह सकदे वी फलां जनानी यार बड़ी गलत है उहदा पता परछावा भी पिंड ते नहीं पैना चाहिए अगर तुसी उहनू भैण बना के सारा कुछ दे दोगे ते कोई औरत मेरा ख्याल तो नहीं मैनू लगता भी आपकी इज्जत नू शरे बाजार बेचे पर अपनी सोच यही सी मैनू नहीं पता लगता हो सकता कोई 5-10-15-20% मेरे हस्बैंड कहते होंगे कहते तू बाला बाहर नहीं गई या बाहर आम इधर चले जाते हैं कई इलाकों में कहते जिन्ना पंजाब च सेफ है ना औरत मैं इन्हों की वाइडिंग है कहते जसविंदर जिनी पंजाब च सेफ है औरत उन्नी किसी मुल्क फॉरन कंट्रिया की मैं गल नहीं करती उतो कानून तो डरते है ना पर इतों की जो मैं गल सुनती हूँ फिर मैं सोचती हूँ शुक्र है परमात्मा मैं जमपल भावे हरियाणे की सी पर मेरा जेड़ा पालन पोषण है उस पंजाब की धरती से होया पर आप आपकी पावर खुद ही नहीं समझते लोग अपनी पावर की समझेंगे अपन खुद की आपकी पावर का पता ही नहीं ते जी पर जो किसी आप प्यार करते हैं सत्कार करते हैं फिर एक गल कहने कि तू है गड़बा सजना भी मैं गड़बे की डोर भावे दुनिया वसदी है इतो सोहना ना हो रहा जो गोदी च पिया ना जी ये तो सोहना मेले च जिथे मर्जी देख लो तुम कोई नहीं हो रहा है इधर बां बू जिन्ना मर्जी हो जाए थोनू कुछ नहीं सुनना पर इन्हें थोड़ी जी गोदी च सुते पे ने चू की ते नाल दी नाल थोड़ा दिमाग फटन आला क्योंकि ये ममता की आवाज होंगी है तू है गड़बा सजना भी मैं गड़बे की डोर आवाज थोड़ी जी घट कर लो तू है गड़बा सजना भी मैं गड़बे की डोर भावे दुनिया वसदी है तैथों सोहना ना होर तैथों सोहना ना होर तैथों सोहना ना होर साढ़े सत्कार योग गगन सिंह सरपंच साहब 500 रुपए साढ़े सत्कार योग रिस्पेक्टेड हसीने जी नसीब सिंह संधु साहब सियासी सकत्तर एंड हल्का इंचार्ज राणा गुरमीत सिंह जी सोढ़ी साहब कैबिनेट मंत्री पंजाब साढ़े गगन जी सरपंच साहब 500 रुपए उस तो बाद जिहड़ा होर मान ते सत्कार हो रहा जी सरदार नसीब सिंह संधु साहब सियासी सकत्तर एंड हल्का इंचार्ज राणा गुरमीत सिंह जी सोढ़ी साहब कैबिनेट मंत्री पंजाब बहुत सारा मान ते सत्कार करते हैं जी सारिया सत्कार योग हस्तियां दे असी तहे दिलों शुक्रगुजार हां मैं एक छोटी जी गल सुनाउण लगे इन्हां नूं घट बजाओ एक अपनी आदत है सरदार साहब भी आपां किसी तकड़े बंदे नूं नाल लैके जां तां सेहत वाजो या किसी भी पावरफुल बंदे नूं नाल लैके जो आप तुरदे हां ना तो आप सोचते साडा महल्ले च घर च पिंड च रोह बनता है ना इस चीज लई आप हमेशा जिउंदे कहिंदे आई बड़ी सुणन वाली ते डूंगी गल है छप्पड़ च कोई मेरे वर्गी सोच वाला डड्डू सी कहता यार यारी ऐसे किसी बंदे नाल पावा भी मेरा छप्पड़ च रोह दाब हो सारे छप्पड़ के डड्डू मेरे तो डरन ते जो मैं नंगा सारे डड्डू मैं सलूट मार हुण एक दिन सप्प टप्पिया जावे कोल दी ते डड्डू ने भज के मारी छाल बाहर आ गया ते सप्प ते मूहरे हो गया कहता यार मैं तेरे नाल यारी पाउणी सप्प कहता यार मैं सप्प तू डड्डू है तेरी मेरी यारी किवें हो सकदी है कहता नहीं जी मैं यारी पाउणी है थोड़े नाल मैं थोनू आपदा दोस्त बनाउणा आपदा मित्र बनाउणा ते सप कहिंदा क्यों तू मेरे नाल ही मित्र कहिंदा लखां पंछी लखां जानवर ने इस धरती ते तू मेरे नाल मित्रता क्यों पाउणा चाहुंदा कहिंदा बस जे मेरी थोड़े नाल मित्रता होगी ना ते मेरा छप्पड़ च थोड़ा जिहा रोह दाब जिहा हो जाऊगा माड़ा जिहा मैं स्टैंडर्ड दे नाल जिऊंगा हर डड्डू कहिंदा मेरे तो डरू हुण जदों सप कहिंदा मैं यारी तां पा लैणा तेरे नाल पर मेरी इक शर्त है डड्डू कहिंदा की कहिंदा रोज मैनूं इक डड्डू खाण नूं चाहीदा भरावा जो मैं तेरे नाल नाल रहूंगा तो ढिड भी तो हम खाण नूं कुछ मंगूगा कहिंदा पक्का आ मेरे वाले छप्पड़ चो हुण वो 4000 डड्डू आ 5000 डड्डू है रब जाने पर थोनू मित्र जी एक डड्डू रोज मिलू हुण टाइम टप गया जी जदों सप रोज एक डड्डू खावे जिन्ने डड्डू से वह 6 महीने च जां साल च जां 1.5 साल च खाधे ये परमात्मा जाने हुण एको ही डड्डू रह गया वह डड्डू पता किहड़ा सी सप दा मित्र हुण जदों दिन चढ़िया सप कहिंदा यार मैनूं तां भुख लगी है कहिंदा हुण मैं थोनू कित्थों लिया के देवां जी कहिंदा छप्पड़ तां खाली हो गया कहिंदा लै यार जाणा कित्थे है कहिंदा तूं मेरे सामणे है
ਕਹਿੰਦਾ ਨਾ ਯਾਰ ਮੈਂ ਕਹਿੰਦਾ ਤੇਰਾ ਮਿੱਤਰ ਹੈ ਮੈਂ ਤੇਰਾ ਯਾਰ ਹੈ ਮੈਂ ਤੈਨੂੰ ਕਿੰਨਾ ਕੁਛ ਲਿਆ ਕੇ ਦਿੱਤਾ ਕਹਿੰਦਾ ਵਾਹ ਓਏ ਵੱਡਿਆ ਸਿਆਣਿਆ ਕਹਿੰਦੇ ਜਿਹੜਾ ਆਪਦੀ ਕੌਮ ਦਾ ਨਹੀਂ ਬਣਿਆ ਉਹ ਮੇਰਾ ਕੀ ਬਣੂਗਾ ਬੜੀ ਡੂੰਘੀ ਗੱਲ ਹੈ ਕਹਿੰਦੇ ਜਿਹੜਾ ਬੰਦਾ ਆਪਦੀ ਕੌਮ ਦਾ ਨਹੀਂ ਬਣਿਆ ਜਿਹੜਾ ਡੱਡੂਆਂ ਦਾ ਸਾਥੀ ਡੱਡੂ ਨਹੀਂ ਬਣਿਆ ਤੇ ਉਹ ਸੱਪ ਦਾ ਯਾਰ ਕਿੱਥੇ ਬਣ ਜੂ ਕਹਿੰਦਾ ਵਾਹ ਓਏ ਵੱਡਿਆ ਅਕਲ ਬੰਦਾ ਕਹਿੰਦਾ ਜਿਹੜਾ ਆਪਦੀ ਕੌਮ ਦਾ ਨਹੀਂ ਬਣਿਆ ਤੇ ਉਹ ਸੱਪ ਦੀ ਕੌਮ ਦਾ ਕਿਵੇਂ ਬਣ ਜੂ ਇਸੇ ਕਰਕੇ ਆਪਦੀ ਕੌਮ ਹਮੇਸ਼ਾ ਯਾਦ ਰੱਖਿਆ ਕਰੋ ਆਪਦੀ ਕੌਮ ਚੋਂ ਕਦੇ ਵੀ ਬਾਹਰ ਪੈਰ ਚੱਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਥੋੜਾ ਜਿਹਾ ਲਾਲਚ ਥੋੜੀ ਜਿਹੀ ਹੋ ਤੇ ਸਦਾ ਤੋਂ ਆਪਾਂ ਇਕੱਲੇ ਰਹਿ ਜਾਂਗੇ ਤੇ ਇਕੱਲੇ ਬੰਦੇ ਨੂੰ ਤਰੋੜ ਮਰੋੜ ਕੇ ਬੰਦਾ ਹੋ ਜਾਂਦਾ ਤੇ ਜਦੋਂ ਪੰਜ ਇਕੱਠੇ ਹੁੰਦੇ ਆ ਇਹਨਾਂ ਨਾਲ ਆਪਾਂ ਹਰ ਕੰਮ ਵੀ ਕਰ ਸਕਦੇ ਹਾਂ ਤੇ ਵੈਰੀ ਲਈ ਘੁਸਣ ਵੀ ਬਣਾ ਸਕਦੇ ਇਸੇ ਕਰਕੇ ਪੰਜਾਂ ਦਾ ਇਕੱਠਾ ਰਹਿਣਾ ਬਹੁਤ ਆਪਦੀ ਕੌਮ ਦਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ ਤੂੰ ਹੈ ਗੜਵਾ ਸੱਜਣਾ ਵੇ ਮੈਂ ਹਾਂ ਗੜਵੇ ਦੀ ਡੋਰ ਇਹਦੇ ਨਾਲ ਹੀ ਜੀ ਸਾਡੇ ਸਤਿਕਾਰਯੋਗ ਪਿੱਪਲ ਸਿੰਘ ਤੂਰ ਸਾਹਿਬ ਅੱਛਾ ਜੀ ਪ੍ਰੈਜੀਡੈਂਟ ਸਾਹਿਬ ਵੀ ਨੇ ਜੀ ਪ੍ਰਧਾਨ ਸਾਹਿਬ ਵੀ ਨੇ ਅਤੇ ਸਰਪੰਚ ਸਾਹਿਬ ਵੀ ਨੇ ਜੀ ਸਾਡੇ ਪਿੱਪਲ ਸਿੰਘ ਤੂਰ ਸਾਹਿਬ ਪ੍ਰਧਾਨ ਸਾਹਿਬ ਅਤੇ ਸਰਪੰਚ ਸਾਹਿਬ ਨੇ 100 ਰੁਪਏ ਸਾਡੀ ਛੋਟੀ ਜਿਹੀ ਪਾਰਟੀ ਦਾ ਮਾਣ ਕਰਦੇ ਨੇ ਅਸੀਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜੀ ਸਾਡੇ ਸਤਿਕਾਰਯੋਗ ਮਾਸਟਰ ਜੀ ਸਰਦਾਰ ਹਰਦੀਪ ਸਿੰਘ ਤੂਰ ਸਾਹਿਬ ਕਹਿੰਦੇ ਡਾਕਟਰ ਇੱਕ ਗਲਤੀ ਕਰੇ ਤਾਂ ਇੱਕ ਮਰੀਜ਼ ਮਰਦਾ ਇੱਕ ਮਿਸਤਰੀ ਇੱਕ ਗਲਤੀ ਕਰੇ ਤਾਂ ਇੱਕ ਮਕਾਨ ਗਲਤ ਪੈਂਦਾ ਹਨਾ ਜੀ ਇੱਕ ਪਾਇਲਟ ਗਲਤ ਹੋਵੇ ਤਾਂ 200-400 ਬੰਦੇ ਦੀ ਮੌਤ ਹੁੰਦੀ ਹੈ ਜਿੱਡਾ ਕਜ਼ਾ ਹੁੰਦਾ ਜਿੱਥੇ ਮਰਜ਼ੀ ਕੋਈ ਗਲਤੀ ਹੋ ਜਾਏ ਥੋੜੇ ਜਿਹੇ ਇਨਸਾਨਾਂ ਦਾ ਨੁਕਸਾਨ ਹੁੰਦਾ ਪਰ ਕਹਿੰਦੇ ਜਦੋਂ ਮਾਸਟਰ ਗਲਤੀ ਕਰਦਾ ਨਾ ਤਾਂ 7 ਪੀੜ੍ਹੀਆਂ ਗਰਕ ਹੁੰਦੀਆਂ ਮਾਸਟਰ ਗੁਰੂ ਹੁੰਦਾ ਹਨਾ ਜੀ ਕਹਿੰਦੇ ਮਾਸਟਰ ਦੀ ਗਲਤੀ ਕਦੇ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕ ਅੱਜ ਕੱਲ੍ਹ ਮਾਸਟਰ ਦੇ ਅਹੁਦੇ ਨੂੰ ਮੰਨਦੇ ਨੇ ਪਰ ਸਹੀ ਮਾਇਨੇ 'ਚ ਜਿਹੜੀਆਂ ਪੀੜ੍ਹੀਆਂ ਚੱਲ ਰਹੀਆਂ ਨੇ ਨਾ ਉਹ ਗੁਰੂ ਦੀਆਂ ਅਤੇ ਮਾਸਟਰ ਦੀਆਂ ਹੀ ਦਿੱਤੀਆਂ ਨੇ ਜਿੰਨੇ ਸੰਸਕਾਰ ਨੇ ਜਿੰਨੇ ਅਹੁਦੇ ਨੇ ਇਸੇ ਕਰਕੇ ਇੱਕ ਅੱਛਾ ਮਾਸਟਰ ਇੱਕ ਅੱਛਾ ਗੁਰੂ 7 ਪੀੜ੍ਹੀਆਂ ਦਾ ਦੇਣਦਾਰ ਹੁੰਦਾ ਹੈ ਅਤੇ ਇਹਦੇ ਨਾਲ ਜੀ ਤੂੰ ਹੈ ਗੜਵਾ ਸੱਜ ਕਿਵੇਂ ਪੰਡਿਤ ਜੀ ਤੁਸੀਂ ਅਰਦਾਸ ਹੀ ਬੈਠੇ ਹੋ ਜੀ ਹੁਣ ਤਾਂ ਗਰਮੀ ਵੀ ਹੈ ਨਹੀਂ ਗਰਮੀਆਂ 'ਚ ਮੇਲੇ ਵਾਲੇ ਹੁੰਦੇ ਆ ਜੀ ਬਾਕੀ ਤਾਂ ਛੱਡੋ ਸਾਰੇ ਮੇਰੇ ਵਰਗੇ ਹੀ ਹੈ ਰਲਵੇਂ ਮਿਲਵੇਂ ਜੇ ਪੰਡਿਤ ਜੀ ਦਾ ਬੜਾ ਬੁਰਾ ਹਾਲ ਹੁੰਦਾ ਇਹ ਤਾਂ ਘਰੇ ਜਾ ਕੇ ਬਸ ਆਈ ਡਿੱਗਦੇ ਹੋਣੇ ਸ਼ਕੁੰਤਲਾ ਕਹਿੰਦਾ ਜੂਸ ਲਿਆ ਨਾ ਮੈਡਮ ਹਜੇ ਗਰਮੀ 'ਚ ਪਤਾ ਨੀ ਕੀ ਖਾਂਦੀ ਹੈ ਲੱਗੀ ਰਹਿੰਦੀ ਹੈ ਉਦਣ ਹੀ ਪਤਾ ਲੱਗੂ ਜਿੱਦਣ ਪੰਡਿਤ ਜੀ ਕੁਰਸੀ ਤੇ ਢੇਰ ਹੋ ਗਏ ਪੰਡਿਤ ਜੀ ਦਾ ਨਾ ਨਾਸ਼ਤਾ ਆਪਾਂ ਤਾਂ 2-3 ਸ਼ਾਕਾਂ ਆਈਦੀਆਂ ਜੀ ਨਾਲ ਹੀ ਹੁਣ ਉਹ ਭਾਵੇਂ ਚਟਨੀ ਨਾਲ ਮਿਲ ਜਾਣ ਜਿਹਦੇ ਨਾਲ ਮਰਜ਼ੀ ਕਿਉਂਕਿ ਮੈਂ ਕਿਸੇ ਵੀ ਚੀਜ਼ ਨੂੰ ਆਪਦੀ ਜ਼ਿੰਦਗੀ ਦਾ ਨਸ਼ਾ ਨਹੀਂ ਬਣਾਇਆ ਬਾਬਾ ਜੀ ਦੀ ਦਰਗਾਹ 'ਤੇ ਖੜੀ ਹਾਂ ਇਹ ਨਹੀਂ ਵੀ ਮੈਨੂੰ ਉਹ ਚੀਜ਼ ਫਲਾਣੀ ਨੂੰ ਮਿਲੀ ਤਾਂ ਮੈਂ ਰੋਟੀ ਨਹੀਂ ਖਾਣੀ ਜਿਹੜੀ ਮਿਲ ਗਈ ਦੱਬ ਦੋ ਕੁੱਲੀ ਇਹ ਹੋਟਲ ਦਾ ਖਾਣਾ ਨਹੀਂ ਖਾਂਦੇ ਸ਼ਰਮਾ ਜੀ ਇਹਨਾਂ ਦਾ ਨਾਸ਼ਤਾ ਦੇਖਣ ਵਾਲਾ ਹੁੰਦਾ ਜੀ ਇੰਨੀ ਕੁ ਦਾਲ ਡੱਬੇ 'ਚ ਇੰਨੀ ਕੁ ਭਿੰਡੀਆਂ ਦੀ ਸਬਜ਼ੀ 3 ਖੀਰੇ ਦੀਆਂ ਫਾੜੀਆਂ 2 ਟਮਾਟਰ ਦੀਆਂ ਫਾੜੀਆਂ 2 ਕਮੂਲੀਆਂ ਦੀਆਂ ਫਾੜੀਆਂ ਹਨ ਜੀ ਐਂ ਸਾਰਾ ਸਲਾਦ ਥੋੜ੍ਹੀ ਜਿਹੀ ਬੰਦ ਗੋਭੀ ਅਤੇ ਇੰਨੇ ਕੁ ਚੌਲ ਅਤੇ ਐਡਾ ਕੁ ਡੱਬਾ ਹੁੰਦਾ ਫਿਰ ਸਾਰਿਆਂ ਤੋਂ ਲੁਕੋ ਲੁਕੋ ਸ਼ਰਮਾ ਜੀ ਐਂ ਰੱਖਦੇ ਆ ਵੀ ਕੋਈ ਖਾ ਨਾ ਜਾਵੇ ਕਵਲਿਆ ਤੇਰਾ ਤਾਂ ਫਿਰ ਵੀ ਢਿੱਡ ਭਰ ਜੂ ਤੇ ਇਹਨਾਂ ਦਾ ਸਾਡੇ ਵਰਗਿਆਂ ਦਾ ਕੀ ਬਣਨਾ ਹਾਂਜੀ ਤੂੰ ਹੈ ਗੜਵਾ ਸੱਜਣਾ ਵੀ ਮੈਂ ਗੜਬੇ ਦੀ ਡੋਰ
पिंडा च मोदा ऐ पता लगदा हुण तां पढ़े लिखे शहर च सिद्धा ही कह दिंदे जदों पोतियां नूं दादी बाटी फड़ा दे ना आ थोड़ा दादा उत्थे बैठा होणा उहनूं दे आऊ उदों सियाणा बंदा समझ लैंदा है कि जिवें जिवें उम्र होई जांदी है मोह दियां तंदां उवें उवें होर मजबूत होई जांदी है। इह तंदां पता सरदार साहिब क्यों मजबूत होंदियां ने? क्योंकि बेटियां नूं जवाई लै जांदे ਤੇ ਪੁੱਤਾਂ ਨੂੰ ਨੂਹਾਂ ਲੈ ਜਾਂਦੇ ਪੋਤੇ ਪੋਤੀਆਂ ਨੂੰ ਉਹਨਾਂ ਦੀ ਜ਼ਬਾਨੀ ਤੇ ਐਜੂਕੇਸ਼ਨ ਲੈ ਜਾਂਦੇ ਕਹਿੰਦੇ ਜਿੱਥੋਂ ਦੋਨੇ ਜੀ ਸ਼ੁਰੂ ਹੋਏ ਹੁੰਦੇ ਆ ਅਖੀਰ ਤੇ ਉੱਥੇ ਹੀ ਦੋਨੇ ਜੀ ਰਹਿ ਜਾਂਦੇ ਤਾਂ ਕਰਕੇ ਮੋਹ ਦੀਆਂ ਤੰਦਾਂ ਹੈ ਨਾ ਜਿਹੜੀਆਂ ਫਿਰ ਪਤਾ ਲੱਗਦਾ ਹੈ ਵੀ ਜਿੰਨਾ ਪਿੱਛੇ ਮੈਂ ਭਾਈਦਾ ਰਿਹਾ ਉਹ ਤਾਂ ਹੋਰ ਪਾਸੇ ਚਲੇ ਗਏ ਤੇ ਅਸਲ ਸਾਥ ਤਾਂ ਮੇਰਾ ਇਹ ਹੈ ਇਸੇ ਕਰਕੇ ਲਿਖਿਆ ਮੋਹ ਦੀਆਂ
काके इधर नची जाते जी छोटे छोटे बच्चे आई हमारा पुत्र ना चलो मगर फिर पूछा खिचन आ जानी पर एक गल है कहते जब तक बंदे घरों फोन आते हैं ना उदो तक समझ लो भी हाले दिल च प्यार है जिदन फोन आने बंद हो गए ना उदन वो समझ लो भी जा उन्हें मन मार लिया या मैनू मन चो मारता दो गल कहते वो लोग कर्म वाले होंगे ने जिन्हों घरों फोन आते भी जी कितने आ गए कदों आ गए लेट क्यों हो गए पर गल हो रही है की करिए जरा साढ़े सत्कार योग सरपंच साहब सरदार पिपल सिंह तूर साहब प्रधान साहब भी ने जी 500 रुपए साढ़े सरपंच साहब सरदार पिपल सिंह तूर साहब प्रधान साहब 500 रुपए मास्टर हरदीप सिंह तूर साहब साढ़े सोनी कुलार जी ठेकेदार साहब ने जी ठेके भी कई किस्म के होंगे जी एक बंदा तो बोल पो भी कह दे ठेके अच्छा चल बिजनेस चलते रहते कहते वह बंदा नित्र जाता जो दल दल च रह के कमल के फुल वांगू बचते सही महीने से दुनिया दल दल ही बचना बंदे का कर्म है बंदे ने हर काम करना ही करना काम कोई चंगा बुरा नहीं पर जदों उन्हों आप बुरी नीत बुरे उस ना करते उदों बुरा बनता है दल दल चाहते आप बचा के रखो मेरी सोच यह है भी कोई काम बुरा नहीं कई लोग कहते गायकी बुरी बड़ी बुरी है कंजर का जेड़ा टॉपिक है मिनट च कह दो इन्हों का बड़ा यार ये तो कंजर होंगे माड़ी जी गलती हो जाए मैं कहनी तीन तीन साल महीने की बच्ची साढ़े सोनी कुलार जी ठेकेदार साहब ने जी गुरु हर साय तो सोनी कुलार जी ठेकेदार साहब गुरु हर साय तो टीम जगराओं वाले 100 रुपए बंदे दो बंदे ठेकेदार रुपया 100 ताई ना पूछी जाती सी ठेके का दे भाई बंदे तकड़े दोने रुपया 100 गल बनी तुम भलेखा लग गया बीर जी ठेका नहीं हो सकता भी बंदा शराब का ठेकेदार हो रुपया 100 आवे मैं गल बनी नहीं लगती अच्छा फिर ठीक है फिर ठीक है फिर ठीक है फिर ठीक है जी फिर तुम मालिक नु क्या करो भी असि जाने जी जेबा भर के तोरो पर एक गल है जी मैं मजाक थोड़ा जा उन्ना कर लेने होने जिद आप चार जने हस लिए 100 रुपया भी कई बार बंदे की जिंदगी बचा देता मजाक अड पासे ते कई बार करोड़ा रुपये भी बंदे की जिंदगी बचा नहीं सकता कहते समय की गल है समय से कई बार 2 रुपये खरबा रुपया वर्गे होंगे ने कई समय से कई बार खरबा रुपये को रह जाते हैं बंदा मुठ्ठी चो रेत मंगू हो गया हो गया तो हो गया तो ये जी साढ़े नसीब सिंह संधु साहब सियासी सकत्तर ने जी एंड हल्का इंचार्ज राणा गुरमीत सिंह सोढ़ी साहब कैबिनेट मंत्री पंजाब नसीब सिंह संधु साहब सियासी सकत्तर एंड हल्का इंचार्ज राणा गुरमीत सिंह सोढ़ी साहब कैबिनेट मंत्री पंजाब उन्होंने चार शब्द थोड़े रूबरू करने ने ते मैं सारिया भैनों जो मेले च आले दुआले पहली गल तो जो ट्रैक्टर से आए ने मैं उन्होंने सल्यूट कर दी क्योंकि बहुत देर बाद जो तो रांझा जोगी हो गया तो बोल कलहरी मोरा दे मैं खाड़े लाने जाते 2001 2002 2003 उदो ट्रैक्टर से एक राउंड लग्या होंदा सी उदो ना तो कलाकार दे कपड़े देखे जाते ना कलाकार दी मेकअप देखी जाती सी हना जी सिर्फ उदो कलाकार दा गाना देखा जाता सी भी यार फलां कलाकार आया उहदे गाने सानू प्यारे लगदे हुण तां मेरी मॉडलिंग करनी पैंदी है समय दे नाल बदलना पड़ता पर उन्ना का बदलो थोड़ा मन भी इजाजत दे दे ते दुनिया भी इजाजत दे मैं संधु साहब नूं ते उन्हां दे नाल सारियां सूझवान हस्तियां नूं कहांगी कि अपने चार शब्द वो अपने संगत दे रूबरू करन जो साढ़े स्रोता साहिबान ने पंडाल दे अंदर बाबा जी दे दरबार ते संगत दे रूप च विराजमान ने मैं सारिआं नूं कहांगी कि कुर्सियां खाली है कुर्सियां ते आके बैठो मैं तो गा के चले ही जाना है जी है ना मैं थोड़ा हसा के चले जाना है पर थोड़े का इलाके का काम है जेड़ा ये थोड़े सियासी लोगों ने करना है इस इलाके के लोगों ने करना है जो भी कमी पेशी है तुम अज इन्हों शेयर कर सकते हो जय जी सत श्री अकाल।
सरदार नसीम सिंह साढ़े संधू साहब सियासी सकत्तर हलका इंचार्ज राणा गुरमीत सिंह सोढ़ी साहब कैबिनेट मंत्री पंजाब सरकार सो खुल के ताड़ी मारते करी संधू साहब के लिए बड़ी मेहनाज शख्सियत बड़े कीमती समय चो समा कट गए अज बाबा जी दे जिथे दरबार में सारे सादा सलाम करने वास्ते आए हैं उत्थे तुहाडे संगत दे सारे दे सन्मुख होने वास्ते आए ने सो मैं दूंगा संधू साहब नूं। हाँ जी सर हेलो एक मिनट हूँ तन तन बाबा घोड़ा पीर जी की याद विच सालाना मेला मना रही सारिया संगतां खास करके पिंड तूर दे प्रबंधक कमेटी के मैंबर साहब पिप्पल सिंह जी सरपंच साहब लखविंदर सिंह जी नंबरदार साहब मास्टर हरदीप सिंह जी रशपाल सिंह जी मैंबर गुरजंट सिंह जी संधु ते और गुरजंट सिंह जी सरपंच बुट्टर और सारयां दा ही तहे दिलों धन्नवाद है। बहुत ही शलांघा जो काम कर रही संगतां और नाल दे पिंड तो चौक मोड़ियां तो गगन सरपंच जी और गुरबचन सिंह जी साबका सरपंच साहब जसपाल सिंह जी सरपंच साहब प्रदीप सिंह जी सरपंच साहब संधु फैमिली और कश्मीर सिंह जी सरपंच साढ़े बलदेव सिंह जी साबका सरपंच साहब अंग्रेज सिंह जी मेरे वीर जी सखदेव सिंह जी नंबरदार साहब और बुटर तो किदा किदा नाम लईए टोना मेरा वीर छोटा बलदेव सिंह जी साबका सरपंच साहब ने तूर तो किदा किदा नाम लईए बच्चा बच्चा जानदा पिछले इन्ने समय तो आप विचरदे एक दूसरे के नाल और सारयां नूं दुख और सुख दे विच मिलण दा मौका मिलदा है और सारे धर्म सिंह जी बैठे ने और अंकल श्री बैठे साडे नाल और किदा किदा नाम लईए सारे ही तुसीं सरमौर हस्तियां हो साडे इलाके दा माण हो और इहो मेले नूं चार चिन्ह लगा रहे स्टेज ते बीबा जसविंदर जी बीबा जी इधर ध्यान दिओ बीबा जसविंदर बराड़ जी और उन्होंने नाल मेरे वीर रणजीत सिंह जी बहुत ही शलांघा योग बड़ी बुलंद आवाज जिथे भी कितने सुनने मिले है मैं तो जिन्ना कुछ सुनिया है कि हमेशा इन्होंने समाज के पंजाब के साडे सभ्याचार को बचाने वास्ते कोशिश की है। सो बीबा जी ने बड़ी डिसहार्टड जी गल की कि लोग चलो ठीक है पर जेड़ा आदमी जेड़ा आपके किते नाल जुड़िया है बचपन तो ही उहदा इंट्रस्ट उस पासे होया करदा है। तुसीं हरियाणे चो आए पंजाब च आके पैर जमाए और तुसीं हमेशा पंजाब दी जिहड़ी विरासत है पंजाब दे साफ सुथरे समाज दे वास्ते गाया है साडे परिवारां दे विच जिहड़े पवित्र रिश्ते है उहनां दी नोक चो करके दौर भरजाई जीजा साली और बड़े साडे पुरातन जिहड़े सूरबीर योधियां दीआं गथावां भी गा के जिहड़े कि साडे नौजवान पीढ़ी नन्ने मुन्ने बच्चियां नूं जिहड़ा तुसीं समाज दे नाल साडी जन्म भूमि दे नाल जोड़ के रखे है साडे इतिहास दे नाल जोड़ के रखे है उहदे वास्ते मैं तुहाडा धन्नवाद करदा हाँ। और तुसीं एडे सो समाज दे विच कई तरह के लोग हुंदे ने सो कई किसे नूं उहदे कामयाबी ज़्यादा देख के भी कोई इहो जिहियां गल्लां कर दिंदे आ सो मैं तुहानूं अपनी गल छोटी सुना देना मैं करनी नहीं चाहिए मेले ते आ बचपन दे विच मां प्यो का एक जिवें लाड़ला बच्चा हुंदा है और उन्हां नूं बड़ियां उम्मीदां हुंदियां कि मेरा नसीब यह कर देगा मेरे फादर साहब की रीत सी और मैं उदों शुरू शुरू जदों इंदिरा गांधी का कतल होया तो उदों जिहड़ियां सिंघां वास्ते जिहड़ियां वारां गाउण वास्ते उदों मैनूं एक बार उन्होंने बुला लिया मैं छोटा सी सो मैं एक बारी बोलिया बहुत ज्यादा उत्थे कि गोगोआ नहीं लग्या मेरे चाचा जी की मैरिज सी सो रणजीत सिंह जी गोगोवाणी का खाड़ा नहीं सुनिया तो मेरी वो गाथा उन्होंने सुनी तो लोगों ने उदो सिंघां दा राज सीगा सो बड़े डरावा पाउन लग पे भी कहिंदे भी बच्चे नूं स्टेज ते लाता तुसीं मार देंगे कर देंगे सो एक अद्धी स्टेज ते होर बोलिया होर भी ज्यादा लोगों ने किया जो मैं पिंड आया तो पिंड आया एक मेरा साथी सी वो इस वेले पंजाब पुलिस च भर्ती कराया मेरे फादर साहब ने
ਸੋ ਉਹਨੂੰ ਜਦੋਂ ਚੌਂਕੀ ਤੇ ਗਏ ਉੱਥੇ ਸਿਗਨੇਚਰ ਕਰਨ ਵਾਸਤੇ ਉਹਨੂੰ ਕਹਿੰਦੇ ਫਾਦਰ ਦਾ ਨਾਮ ਲਿਖੋ ਕਹਿੰਦੇ ਹਾਂਜੀ ਕੀ ਆਖਿਆ ਸੋ ਉਹਨੂੰ ਪਤਾ ਨਹੀਂ ਆਇਆ ਵੀ ਮੈਂ ਫਾਦਰ ਸਾਹਿਬ ਦਾ ਨਾਮ ਲਿਖਣਾ ਫਾਦਰ ਕਿਹਨੂੰ ਕਹਿੰਦੇ ਆ ਸੋ ਅੱਜ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹੈ ਉਸ ਮੁੰਡਾ ਮੇਰਾ ਸਾਥੀ ਸੀ ਕਿਉਂਕਿ ਸਾਥੀ ਇੱਕ ਦੂਜੇ ਨੂੰ ਛੇੜਦੇ ਹੀ ਹੁੰਦੇ ਨੇ ਸੋ ਕਹਿੰਦਾ ਯਾਰ ਪੈਸੇ ਲੈਣ ਦੇ ਮਾਰੇ ਸਟੇਜ ਤੇ ਚੜ ਜਾਂਦੇ ਪਰ ਫਾਦਰ ਸਾਹਿਬ ਨੇ ਬੜਾ ਜ਼ੋਰ ਲਾਇਆ ਮੈਨੂੰ ਸਟੇਜ ਤੇ ਚੰਦ ਮੈਂ ਨਹੀਂ ਗਾਉਣਾ ਤੇ ਸੋ ਸੋ ਰਾਤੋ ਰਾਤ ਕਈ ਆ ਕੇ ਵੀ ਸਟਾਰ ਬਣ ਜਾਂਦੇ ਇੰਨੀ ਉਸ ਗੱਲ ਨੇ ਮੈਨੂੰ ਡਿਸਹਾਰਟਡ ਕੀਤਾ ਹੋ ਸਕਦਾ ਹੈ ਕਿ ਜਿੰਨੀ ਲਗਨ ਸੀ ਕਿਸੇ ਹੋਰ ਕਾਮਯਾਬੀ ਵਾਸਤੇ ਨਿਕਲ ਜਾਂਦੇ ਕਈ ਜਿਹੜੇ ਰਾਤੋ ਰਾਤ ਸਟਾਰ ਬਣ ਜਾਂਦੇ ਆ ਪਰ ਪਰਮਾਤਮਾ ਨੇ ਬੜਾ ਵਧੀਆ ਕੀਤਾ ਕਿ ਮੈਂ ਇੱਕ ਲੀਡਰ ਬਣ ਗਿਆ ਸੋ ਇਸੇ ਤਰ੍ਹਾਂ ਹੀ ਜਜ਼ਬਾ ਸੀ ਕੰਮ ਕਰਨ ਦਾ ਲੋਕ ਸੇਵਾ ਦਾ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਹਿੱਸਾ ਪਾਉਣ ਦਾ ਚਲ ਉਸ ਲਾਈਨ ਚੋਂ ਨਹੀਂ ਡਿਸਹਾਰਟਡ ਹੋ ਗਿਆ ਪਰ ਮੈਂ ਇਹ ਲਾਈਨ ਨਹੀਂ ਛੱਡੀ ਸੋ ਅੱਜ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਦੁਆਵਾਂ ਸਦਕਾ ਬਾਈ ਜੀ ਇੱਕ ਸਾਲ ਵਾਸਤੇ ਨਹੀਂ ਟਿਕਿਆ ਜਾਂਦਾ ਪਿਛਲੇ 15 ਸਾਲ ਤੋਂ ਕਿਸੇ ਦੁੱਖ ਹੋ ਜੇ ਕਿਤੇ ਸੁੱਖ ਹੋ ਜੇ ਐਸ ਮੇਲੇ ਤੇ ਵੀ ਮੇਰੇ ਹਿਸਾਬ ਨਾਲ ਆਪਾਂ 10ਵੀਂ ਵਾਰ ਹਾਜ਼ਰੀ ਲਾਉਣ ਲੱਗੇ ਹੋਵਾਂਗੇ ਸੋ ਇਸ ਕਰਕੇ ਆਪਦੇ ਜਜ਼ਬੇ ਨੂੰ ਢਿੱਲਾ ਨਹੀਂ ਪੈਣ ਦੇਣਾ ਬੀਬਾ ਜੀ ਤੁਸੀਂ ਵੀ ਆਪਦੇ ਇਹ ਨਹੀਂ ਸੋਚਣਾ ਕਿ ਲੋਕ ਹੈ ਕਿ ਲੋਕ ਜੇ ਕਹਿਣਗੇ ਤੇ ਦੇਖੋ ਨਾ ਕਿੰਨੀਆਂ ਲਾਈਨਾਂ ਨਿਕਲਦੀਆਂ ਨੌਜਵਾਨ ਨਹੀਂ ਜਦੋਂ ਬੰਦਾ ਜਵਾਨ ਹੁੰਦਾ ਹੈ ਕਿੰਨੀਆਂ ਲਾਈਨਾਂ ਨਿਕਲਦੀਆਂ ਇੱਕ ਬੰਦੇ ਦੇ ਡਿਸਹਾਰਟਡ ਕਰਨ ਦੇ ਨਾਲ ਮੈਂ ਉਹ ਕਿੱਥਾ ਹੀ ਛੱਡ ਦਿੱਤਾ ਸੋ ਠੀਕ ਹੈ ਹਿੰਮਤੀ ਸੀ ਬੜੀ ਵਧੀਆ ਲਾਈਨ ਚੁਣ ਲਈ ਸੋ ਕਈ ਬੰਦੇ ਨੇ ਜਿਹੜੇ ਘਰੇ ਬੈਠ ਜਾਂਦੇ ਨੇ ਸੋ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੁੱਕੜ ਮੀਟਿੰਗਾਂ ਹੁੰਦੀਆਂ ਨੇ ਇਹਨਾਂ ਨੇ ਕੋਈ ਇਹੋ ਜਿਹੀਆਂ ਲੋਚਕਾਂ ਦੀ ਪਰਵਾਹ ਨਹੀਂ ਕਰੀ ਦੀ ਆਪਦੇ ਕਿੱਤੇ ਨਾਲ ਜੁੜਿਆ ਕਰੋ ਆਪਦੀ ਮਿਹਨਤ ਨਾਲ ਜੁੜਿਆ ਕਰੋ ਜਿਹੜੇ ਲੋਕ ਮਿਹਨਤ ਕਰਕੇ ਆਪਦਾ ਨਾਂ ਕਮਾਉਂਦੇ ਨੇ ਉਹਨਾਂ ਹਮੇਸ਼ਾ ਵਾਸਤੇ ਉਹ ਬੁਲੰਦੀਆਂ ਤੇ ਜਾਂਦੇ ਨੇ ਔਰ ਤੁਹਾਡੇ ਵਿੱਚ ਜਿੰਨੇ ਸੰਗਤ ਦੇ ਵਿੱਚ ਬੈਠੇ ਨੇ ਇਹਨਾਂ ਦੇ ਵਿੱਚ ਅਕਸਰ ਹੀ ਮੇਰੇ ਹਿਸਾਬ ਨਾਲ ਮੈਂ ਹਰ ਇੱਕ ਪਰਿਵਾਰ ਦੇ ਵਿੱਚ ਵਿਚਰਿਆ ਹੋਇਆ ਸੋ ਬਾਈ ਜ਼ਰੂਰੀ ਨਹੀਂ ਅੱਜ ਗਵਰਨਮੈਂਟ ਹੈ ਮੈਂ ਗਵਰਨਮੈਂਟ ਦੇ ਵਿੱਚ ਤੁਹਾਨੂੰ ਦਿਸ ਰਿਹਾ ਸੋ ਜਦੋਂ ਤੁਸੀਂ ਵੇਖੋ ਆਪੋਜੀਸ਼ਨ ਦਾ ਸੰਤਾਪ ਵੀ ਆਪਦੇ ਪਿੰਡੇ ਤੇ ਹੰਡਾਇਆ ਤੇ ਉਦੋਂ ਵੀ ਮੈਂ ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਜੇ ਕਿਸੇ ਬੰਦੇ ਤੇ ਮੁਸੀਬਤ ਆਈ ਹੈ ਤੇ ਨਾਲ ਦੀ ਨਾਲ ਜਾ ਕੇ ਕਿ ਖੜ ਗਏ ਥੰਮ ਬਣ ਕੇ ਖੜ ਗਏ ਸੋ ਇਸ ਬੈਠੇ ਬੀਬੀ ਜੀ ਦੇ ਬੇਟੇ ਉਹ ਬੁੱਟਰ ਸਾਹਿਬ ਬੈਠੇ ਨੇ ਔਰ ਕਿਹਦਾ ਕਿਹਦਾ ਨਾਮ ਲਈਏ ਮੈਂ ਤਾਂ ਬੱਚੇ ਬੱਚੇ ਨੂੰ ਜਾਣਦਾ ਔਰ ਸਾਰੇ ਹੀ ਤੁਸੀਂ ਹਰਮਨ ਪਿਆਰੇ ਹੋ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਆਪਾਂ ਸਾਰੇ ਹੀ ਰਲ ਮਿਲ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਚੱਲੀਏ ਔਰ ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਆਪਾਂ ਨੂੰ ਵਧੀਆ ਮਿਨਿਸਟਰ ਮਿਲੇ ਹੈ ਔਰ ਉਹਨਾਂ ਦਾ ਹਰ ਮੈਸੇਜ ਜਿਹੜਾ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਅੱਜ ਉਹ ਕਰਤਾਰਪੁਰ ਉੱਥੇ ਬਾਬਾ ਜੀ ਦੇ ਦਰਸ਼ਨ ਲਾਂਘੇ ਵਾਸਤੇ ਗਏ ਸੀਗੇ ਸੋ ਦਾਸ ਨੇ ਐਜ ਏ ਹਲਕਾ ਇੰਚਾਰਜ ਆਪਦੀ ਰਿਸਪੋਂਸੀਬਿਲਟੀ ਨੂੰ ਨਿਭਾਉਂਦੇ ਕਿਉਂਕਿ ਕੱਲ੍ਹ ਦਾ ਦਿਨ ਫਿਰ ਬੜਾ ਬਿਜ਼ੀ ਹੈ ਅੱਜ ਮੈਂ ਕੋਈ ਘੰਟਾ ਰੈਸਟ ਕਰ ਸਕਦਾ ਸੀ ਫਿਰ ਵੀ ਮੈਂ ਇੱਥੇ ਹੀ ਆਉਣਾ ਆਪਣਾ ਬਖੂਬੀ ਫਰਜ਼ ਸਮਝਿਆ ਮੈਨੂੰ ਵਾਅਦਾ ਵੀ ਯਾਦ ਹੈ ਕਿ ਮੈਂ ਤੁਹਾਡੇ ਨਾਲ ਸੜਕ ਦਾ ਵਾਅਦਾ ਕੀਤਾ ਜਿਸ ਦਿਨ ਦੀ ਗਵਰਨਮੈਂਟ ਆਈ ਹੈ ਗਵਰਨਮੈਂਟ ਦੀਆਂ ਵੀ ਬਹੁਤ ਵੱਡੀਆਂ ਰਿਸਪੋਂਸੀਬਿਲਟੀਆਂ ਹੁੰਦੀਆਂ ਨੇ ਬਹੁਤ ਮਜਬੂਰੀਆਂ ਵੀ ਹੁੰਦੀਆਂ ਵਿੱਚ ਇਲੈਕਸ਼ਨ ਆ ਗਏ ਆਪਣਾ ਜ਼ਿਮਨੀ ਚੋਣਾਂ ਆ ਗਈਆਂ ਵੱਖ ਵੱਖ ਹੋਰ ਜ਼ਿਲ੍ਹਾ ਪਰਿਸ਼ਦ ਚੋਣਾਂ ਆ ਗਈਆਂ ਬਲਾਕ ਸੰਮਤੀ ਆ ਗਈਆਂ ਮਿਊਂਸਪੈਲਟੀ ਕਮੇਟੀ ਦੀਆਂ ਅਜੇ ਹੋਣ ਜਾ ਰਹੀਆਂ ਸੋ ਹੁਣ ਸਰਕਾਰ ਨੂੰ ਮੈਂ ਵੀ ਉਹਨਾਂ ਦੇ ਧਿਆਨ 'ਚ ਦਵਾਇਆ ਹੋਇਆ ਹੈ ਕਿ ਦੁਬਾਰਾ ਤੁਹਾਡੀ ਕਚਹਿਰੀ 'ਚ ਤਾਂ ਆਵਾਂਗੇ ਜੋ ਤੁਹਾਡੇ ਨਾਲ ਇੱਕ ਇੱਕ ਵਾਅਦਾ ਪੂਰਾ ਕਰਕੇ ਫਿਰ ਹੀ ਤੁਹਾਡੇ ਨਾਲ ਇੱਥੇ ਹੀ ਮਿਲਾਂਗੇ ਇੱਥੇ ਹੀ ਰਹਿਣਾ ਦੋਸਤੋ ਐਡੀ ਦਿਲ ਛੱਡਣ ਦੀ ਲੋੜ ਨਹੀਂ ਇਹ ਸੜਕ ਵੀ ਬਣੇਗੀ ਔਰ ਜੋ ਵੀ ਤੁਸੀਂ ਆਪਦੇ ਇਲਾਕੇ ਵਾਸਤੇ ਮੰਗ ਕੀਤੀ ਹੈ ਉਹ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ ਔਰ ਪੂਰੀਆਂ ਕਰਵਾ ਕੇ ਦਿਆਂਗਾ ਇਹ ਮੇਰੀ ਆਪਦੀ ਰਿਸਪੋਂਸੀਬਿਲਟੀ ਔਰ ਤੁਹਾਡੇ ਨਾਲ ਐਲਾਨ ਕੀਤਾ ਹੈ ਅੱਜ ਮੈਂ ਰਾਣਾ ਸੋਢੀ ਸਾਹਿਬ ਦੀ ਤਰਫੋਂ 11,000 ਰੁਪਏ ਦੀ ਨਕਦ ਰਾਸ਼ੀ ਮੇਲਾ ਪ੍ਰਬੰਧਕ ਕਮੇਟੀ ਨੂੰ ਦੇ ਜਾ ਰਿਹਾ ਹਾਂ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਇਹ ਰਾਸ਼ੀ ਸਾਡੀ ਸੇਵਾ 'ਚ ਹਿੱਸਾ ਮਨਜ਼ੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਇਲਾਕੇ ਦੀ ਬਹੁਤ ਪਿਆਰੀ ਸ਼ਖਸੀਅਤ ਬੜੀ ਮਾਣ ਮੱਤੀ ਸ਼ਖਸੀਅਤ ਨਸੀਬ ਸਿੰਘ ਸਾਡੇ ਸੰਧੂ ਸਾਹਿਬ ਸਿਆਸੀ ਸਕੱਤਰ ਹਲਕਾ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਕੈਬਨਿਟ ਮੰਤਰੀ ਪੰਜਾਬ ਸਰਕਾਰ ਹੋਰ ਵੀ ਸਾਡੇ ਬੜੀਆਂ ਮਹਿਨਾਇਸ਼ ਸ਼ਖਸੀਅਤ ਸਾਡੇ ਸੰਧੂ ਸਾਹਿਬ ਨਾਲ ਵਿਸ਼ੇਸ਼ ਤੌਰ 'ਤੇ ਇਸ ਨਗਰ ਦੇ ਵਿੱਚ ਧੰਨ ਧੰਨ ਬਾਬਾ ਘੋੜਾ ਪੀਰ ਜੀ ਦੇ ਪਵਿੱਤਰ ਦਰਬਾਰ ਨੂੰ ਸਾਰਿਆਂ ਨੇ ਸਾਧਾ ਸਲਾਮ ਕਰਨ ਵਾਸਤੇ ਇੱਥੇ ਆਏ ਨੇ ਇੱਥੇ ਆਏ ਨੂੰ ਦੁਨੀਆਂ ਮੋਹ ਲੈਂਦੀ ਤੇ ਅੱਗੇ ਵਾਅਦਾ ਧਾਰ ਕੇ ਭੇਸਮੀ ਆ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜਵਾਲ ਬਰੇਸਮੀ ਆ ਸਦਾ ਨਹੀਂ ਜਦੌਲਤ ਫੀਲ ਕੋੜੇ ਸਦਾ ਨਹੀਂ ਜੇ ਰਾਜਾ ਦੇਸ਼ਮੀ ਆ ਸ਼ਾਹ ਮਹਮਦਾ ਸਦਾ ਨਾ ਰੂਪ ਦੁਨੀਆਂ ਸਦਾ ਰਹੇ ਨਾ ਕਰੜੇ ਕੇਸਮੀ ਆ
क्योंकि हनेरी आउंदी ने तूफान भी चले जाते हैं, एक ज्यादा ही रह जाते हैं, एक इंसान भी चले जाते हैं। अच्छा ज्यादा ना भुलन योग ज्यादा मैं संधु साहब का विशेष तौर पर थैंक्स और जरा सन्मान है जरा बाबा फरीद यूथ क्लब समूह ग्राम पंचायत पिंड तूर ब्लाक ममदौड़ दी समुची मैनेजमेंट पूरी साड़ी प्रबंधकी कमेटी जेडे जी सन्मान की रस्म जी अदा करनी है संधु साहब जरा जी सन्मान की रस्म अदा कर बीबा जी ने जो सन्मान करना है। सो आज जी मास्टर जी साढ़े प्रधान जी आ गए तूर साहब। सो सारे बड़े प्यार बीबा जी जो उन्होंने बनता सन्मान है धन धन पीर बाबा घोड़ा पीर जी के पवित्र दरबार है। सो समुची प्रबंधकी कमेटी समुची मेला कमेटी प्रबंधकी कमेटी का पूरे नगर का सरपंच साहिबान श्रीमती मनजीत कौर सारा मैं थैंक्स करूंगा। खुल के ताड़ी मार दो एक बार समुची प्रबंधकी कमेटी के लिए संधु साहब के लिए सारिया मैं आशीर्षित है। साढ़े मालवा जंक्शन तो साढ़े जगदेव टहना साहब आ जाओ जी। जगदेव टहना साहब आज जो अगला जो सम्मान है टहना साहब का जगदेव टहना साहब डेडी पंजाबी का बड़ा प्यारा जा मशहूर वंजली यार प्रोग्राम जरा अभी डीडी पंजाबी के जरिए बहुत सारे कलाकार फंजली यार जरिए देखते हैं। टहना साहब प्रोड्यूस करते हैं डायरेक्टर ने और विशेष तौर मैं साढ़े जगदेव भाजी टहना साहब समुची उन्होंने टीम आई है सारी टीम का धन्यवाद करूंगा थैंक्स करूंगा जेडे इन्ह सारिया यादा अपने कैमरे के पिछे जे कैद कर रहे हैं विशेष तौर इन्हों का थैंक्स करते समुची टहना साहब की सारी टीम ही है जी। हाँ जी हाँ जी हाँ जी सर सोड़ा सन्मान है जगदेव टहना जी उन्होंने जी समुची टीम आई है। हेलो हाँ जी बड़ी मेहरबानी थैंक यू। अज का जो सारा लाइव आप टेलीकास्ट जो हो रहा साढ़े सरदार नसीब सिंह संधु साहब साढ़े अज की मैनाज शख्सियत इस मेले के मुख मेहमान संधु साहब जो उन्होंने सन्मान है जो सा समुची साड़ी प्रबंधकी कमेटी मास्टर जी साढ़े उधर साढ़े सरपंच साहब पूरा नगर बड़े प्यार बाबा फरीद यूथ क्लब और समूह ग्राम पंचायत पिंड तूर थैंक्स करूँ तो सारा एक बार फिर इस बड़ी मुबारक बड़ी मुकदर इस बड़ी सुलखनी करी देनी क्योंकि करमा वाला देकर आप खुशियां भरे दिहाड़े कुड़िया चिड़िया मंगल गावन भीर मंगाते खाड़े देन सिथनिया मामिया मासिया हसन चाचिया ताइया लगते रहने खुशी के मेले मिलते रहने सो एक काका जी ने हाँ जी हाँ जी कोई लाओ पता जो कोई मेरे वालों सारे प्यार भरी सत श्री अकाल ते मैं गाना पेश करन जा रहा हाँ कमल खान दा मां ओ मैं किवें भूलावां प्यार तेरा ओ तेरी ममता ते दुलार तेरा खुद चलदी रही तत्तियां वावां ओ मैनू करके ठंडड़ी शान ओ हर जन्म देन नहीं दे सकदा तेरे असना दा महान ओ बचपन भी अज मैं नहीं भुलिया ना भुलिया तेरिया चावां नू जो बदल बदल के रख दी सी ना भुलिया ओना नावां नू कदम मिठिया मिठिया कहती सी कद कहती सी सोना ओ हर जन्म देन नहीं दे सकदा तेरे ऐसा दा मान जे होवे जादू ए करिए तारियां दे हार तो रोवां मां सोने दी थाली
ਵਿੱਚ ਰੱਖ ਕੇ ਪੈਰ ਤੇਰੇ ਨਿਤ ਧੋਵਾਵਾਂ ਜਿਸ ਜੋਬਨ ਦਾ ਨਾਂ ਨਿਕਲੇ ਤੇਰੀ ਗੋਦੀ ਵਿੱਚ ਮਰਾਂ ਔਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਸਨਾ ਦਾ ਮਾਂ ਤੂੰ ਪਾਵ ਪਵਿੱਤਰ ਤਾਂ ਵਾਵਰਗੀ ਮੇਰੀ ਪਿਆਰੀ ਮਾਂ ਧੰਨਵਾਦ ਤਾੜੀ ਮਾਰ ਦੋ ਖੁੱਲ ਕੇ ਕਾਕਾ ਜੀ ਦੇ ਲਈ ਬਹੁਤ ਪਿਆਰਾ ਪਿਆਰੀ ਰਚਨਾ ਮਾਂ ਅਤੇ ਜਿਹੜੀ ਕਹਿ ਕੇ ਗਏ ਕਾਕਾ ਜੀ ਨੂੰ ਸਨਮਾਨ ਤਾੜੀ ਮਾਰ ਦੋ ਖੁੱਲ ਕੇ ਇਸ ਬੱਚੇ ਲਈ ਸਭ ਫਿਰ ਕਰ ਫਿਰ ਆਪਾਂ ਉਸੇ ਲੜੀ ਨੂੰ ਬਰਕਰਾਰ ਰੱਖੀਏ ਬਹੁਤ ਸਾਰੇ ਗੀਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੀਤ ਹੈ ਜਿਹਨਾਂ ਗੀਤਾਂ ਨੂੰ ਤੁਸੀਂ ਝੋਲੀਆਂ ਨਹੀਂ ਬਲਕਿ ਪੜ੍ਹਨਾ ਭਰ ਭਰ ਕੇ ਪਿਆਰ ਦਿੱਤਾ ਜਿਹਨਾਂ ਵਿੱਚੋਂ ਇੱਕ ਫਰਮਾਇਸ਼ ਵੀ ਕਰਕੇ ਗਏ ਸਨ ਸਾਡੇ ਛੋਟੇ ਭਰਾ ਰੱਜ ਕੇ ਰਵਾਵਾਂ ਸੋ ਸਾਰੇ ਗੀਤ ਕੁਛ ਨਵੇਂ ਕੁਛ ਪੁਰਾਣੇ ਖੂਬਸੂਰਤ ਗੀਤਾਂ ਲੜੀ ਨਾ ਕਰ ਫਿਰ ਤੁਹਾਡੀ ਆਪਣੀ ਮਾਨਮਤੀ ਬਾਜ ਮੈਡਮ ਜਸਵਿੰਦਰ ਬਰਾੜ ਜੀ ਧਰਤੀ ਜੇ ਗਰੀਬ ਨਾ ਕੋਈ ਇੰਦਰ ਜੇਣਾ ਦਾਤਾ ਬ੍ਰਹਮਾ ਜਿਹਨਾਂ ਪੰਡਿਤ ਕੋਈ ਵਿਸ਼ਨੂੰ ਜੇ ਭਰਾਤਾ ਲਛਮਣ ਜੇ ਜਤੀਨਾ ਕੋਈ ਸੀਤਾ ਜਿਹਨਾਂ ਮਾਤਾ ਤੇ ਬਾਬੇ ਨਾਨਕ ਜਿਹੜਾ ਭਗਤ ਨਾ ਕੋਈ ਜਨ ਹਰ ਕਾ ਨਾਮ ਪਛਾਤਾ ਦੁਨੀਆ ਮਾਨ ਕਰਦੀ ਰੱਬ ਸਪਨਾ ਤਾਂ ਜਿੱਥੇ ਮੈਂ ਅੱਜ ਤੁਹਾਨੂੰ ਇਸ ਮੇਲੇ ਦੀ ਮੁਬਾਰਕਬਾਦ ਦਿੰਦਾ ਉੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਉਹਨਾਂ ਦਾ 550 ਸਾਲਾ ਜਿਹੜਾ ਪੂਰਵ ਦਿਵਸ ਆਪਾਂ ਸਾਰੇ ਮਨਾ ਰਹੇ ਹਾਂ ਉੱਥੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੁਬਾਰਕ ਮੌਕੇ ਲਈ ਇਸ ਬੜੇ ਮੁਕੱਦਰ ਇਸ ਲੱਖਣੀ ਕਦਰੇ ਮੈਂ ਆਗਮਨ ਪੂਰਵ ਦੁਨੀਆਂ ਮੈਂ ਬਤਾਨਾ ਦਿੰਦਾ ਸੀ ਆਓ ਫਿਰ ਤੁਹਾਡੀ ਨੇ ਰੱਖਿਆ ਫਿਰ ਮੈਡਮ ਜਸਵਿੰਦਰ ਬਰਾੜ ਜੀ ਛੋਟੇ ਜਿਹੇ ਕਾਕਾ ਜੀ ਬਹੁਤ ਪਿਆਰਾ ਗਾ ਕੇ ਗਏ ਨੇ ਜੀ ਪਰ ਮੈਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਰਿਸ਼ਤਿਆਂ ਨੂੰ ਇਕੱਲਾ ਗਾਣਿਆਂ 'ਚ ਨਹੀਂ ਗਾਉਣਾ ਚਾਹੀਦਾ ਜਾਂ ਫੋਟੋ ਪਾ ਦਿਓ ਜੀ ਆਪਾਂ ਆਪਦੇ ਧਰਮ ਲਵਾ ਦੇ ਹੈ ਨਾ ਮਾਂ ਨਾਲ ਫੋਟੋ ਪਾ ਤੀ ਲਵ ਯੂ ਮਾਂ ਬਸ ਧਰਮ ਨਿਭ ਗਿਆ ਪਿਓ ਨਾਲ ਫੋਟੋ ਪਾ ਤੀ ਲਵ ਯੂ ਬਾਪੂ ਧਰਮ ਨਿਭ ਗਿਆ ਹੈ ਨਾ ਧਰਮ ਇਕੱਲੇ ਕਹਿੰਦੇ ਫੇਸਬੁੱਕ 'ਤੇ ਗੀਤਾਂ 'ਚ ਨਹੀਂ ਹੋਣਾ ਚਾਹੀਦਾ ਹਮੇਸ਼ਾ ਧਰਮ ਆਪਦੇ ਦਿਲ ਦੇ ਅੰਦਰ ਹੋਣਾ ਚਾਹੀਦਾ ਦਰਦ ਕਦੋਂ ਆਉਂਦਾ ਕਈ ਲੋਕ ਕਹਿੰਦੇ ਜੀ ਫਲਾਂ ਕਲਾਕਾਰ ਗਾਉਂਦਾ ਉਹਦੇ ਆਵਾਜ਼ 'ਚ ਦਰਦ ਬੜਾ ਜਦੋਂ ਸੈਡ ਗੀਤ ਗਾਉਂਦਾ ਉਹਦੀ ਆਵਾਜ਼ ਜਦੋਂ ਉਹ ਰਿਸ਼ਤਿਆਂ ਨੂੰ ਮੰਨਦਾ ਨਾ ਦਰਦ ਉਦੋਂ ਆਉਂਦਾ ਜਿਹਨੂੰ ਮਾਂ ਦਾ ਹੀ ਨਹੀਂ ਪਤਾ ਤੇ ਉਹ ਜਦੋਂ ਮਾਂ ਦਾ ਗੀਤ ਗਾਊ ਤੇ ਉਹਦੇ ਦਰਦ ਕਿਵੇਂ ਆਊ ਜਦੋਂ ਪੁੱਤ ਦਾ ਗਾਣਾ ਕੋਈ ਆਉਂਦਾ ਜਿਹਨੂੰ ਪੁੱਤ ਦੀ ਤਕਲੀਫ ਆ ਉਹਦੇ ਮੱਲੋ ਮੱਲੀ ਅੱਖਾਂ 'ਚੋਂ ਹੰਝੂ ਆ ਜਾਂਦੇ ਕਹਿੰਦੇ ਦਰਦ ਬਿਨਾਂ ਗੀਤ ਤੇ ਸੰਗੀਤ ਬਣੇ ਹੀ ਸੁੱਖ ਨਾਲ ਸੰਗੀਤ ਬਣੇ ਦਰਦ ਨਾਲ ਸੰਗੀਤ ਬਣੇ ਹੁਣ ਮੈਂ ਸਾਡੇ ਛੋਟੇ ਜਿਹੇ ਤਿੰਨ ਕਾਕੇ ਬੈਠੇ ਨੇ ਹੈ ਨਾ ਬਹੁਤ ਪਿਆਰਾ ਪਹਿਲੀ ਵਾਰ ਗਾ ਰਹੀ ਹੈ ਮੈਨੂੰ ਹੁਣੇ ਪੇਪਰ ਦੇ ਕੇ ਗਏ ਨੇ ਕਿਉਂਕਿ ਇਸ ਦੌਰ 'ਚੋਂ ਮੈਂ ਗੁਜ਼ਰੀ ਹਾਂ ਜਦੋਂ ਨਿੱਕੇ ਦੌਰ 'ਚੋਂ ਬੰਦਾ ਵੱਡਾ ਹੋ ਕੇ ਨਿਕਲਦਾ ਜਿਵੇਂ ਸਾਡੇ ਮੁੱਖ ਮਹਿਮਾਨ ਕਹਿ ਕੇ ਗਏ ਸੀ ਕਿ ਡਿਸਹਾਰਟਨ ਨਹੀਂ ਹੋਣਾ ਚਾਹੀਦਾ ਵਾਕਿਆ ਸਹੀ ਗੱਲ ਹੈ ਜੀ 10 ਲੋਕ ਖਿੱਚਣ ਵਾਲੇ ਹੁੰਦੇ ਤੇ 2 ਹੀ ਲੋਕ ਹੁੰਦੇ ਜਿਹੜੇ ਪੁਸ਼ ਕਰਨ ਵਾਲੇ ਹੁੰਦੇ ਜੀ 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 ਆਜੋ ਜੀ ਆਜੋ ਤੇ ਇੱਕ ਕਾਕਾ ਜੀ ਦਾ ਲਿਖਿਆ ਇੱਕ ਗੀਤ ਹੈ ਸਾਈਆਂ ਦਾ ਹੀ ਹੈ ਜੀ ਸੜਤਲਾ ਜੀ ਹਾਂ ਸਾਡੇ ਲਾਇਰ ਨੇ ਸੀ ਇਹ ਐਡਵੋਕੇਟ ਸਾਹਿਬ ਨੇ ਕੁਲਵੀਰ ਸੰਧੂ ਜੀ ਤੇ ਗਗਨ ਸੰਧੂ ਡਾਟਰ ਆਫ ਕੁਲਵੀਰ ਸਿੰਘ ਤੇ ਲੋਕ ਕਹਿੰਦੇ ਜੀ ਵੀ ਬੇਟੀ ਨਹੀਂ ਹੋਣੀ ਚਾਹੀਦੀ ਬੇਟੀਆਂ ਨਾਮ ਰੌਸ਼ਨ ਨਹੀਂ ਕਰਦੀਆਂ ਹੁਣ ਜਦੋਂ ਕਿਤੇ ਨੇੜੇ ਤੇੜੇ ਪਿੰਡਾਂ 'ਚ ਜਦ ਤੱਕ ਇਹ ਆਪਣਾ ਪ੍ਰੈਕਟਿਸ ਜਾਰੀ ਰੱਖਣਗੇ ਤੇ ਇਹਨਾਂ ਦੇ ਪਾਪਾ ਦਾ ਨਾਮ ਨਾਲ ਚੱਲੂ ਕੁਲਵੀਰ ਸਿੰਘ ਸੰਧੂ ਸਾਹਿਬ ਦਾ ਕਹਿੰਦੇ ਔਲਾਦ ਨਾਂ ਰੌਸ਼ਨ ਕਰਦੀ ਹੈ ਨਾ ਕਿ ਬੇਟਾ ਤੇ ਬੇਟੀ ਔਲਾਦ 'ਚ ਭਾਵੇਂ ਉਹ ਬੇਟੀ ਹੋਵੇ ਤੇ ਭਾਵੇਂ ਉਹ ਬੇਟਾ ਥੈਂਕ ਯੂ ਕਿਉਂਕਿ ਮੇਰੀ ਬੇਟੀ ਦੀ ਚੋਇਸ ਵੀ ਹੈ ਕਿ ਉਹ ਜੱਜ ਬਣੇ ਜਾਂ ਇਮੀਗ੍ਰੇਸ਼ਨ ਆਫਿਸਰ ਬਣੇ ਤੇ ਮੈਂ ਕਹਿੰਦੀ ਹੁਣ ਦੋਨਾਂ 'ਚੋਂ ਜਿਹੜਾ ਮਰਜ਼ੀ ਬਣ ਜਾਏ ਪੁੱਤ ਪਰ ਕਿਸੇ ਦਾ ਦਿਲ ਨਾ ਦੇਖਾ ਕਿਉਂਕਿ ਤੇਰੀ ਮਾਂ ਨੇ ਨੇੜਿਓ ਦੁਨੀਆ ਵੇਖੀ ਹਰਾਮ ਦਾ ਇੱਕ ਪੈਸਾ ਵੀ ਕਰੋੜਾਂ ਰੁਪਏ ਕੋਲੋਂ ਲੈ ਜਾਂਦਾ ਤੇ ਹੱਕ ਸੱਚ ਦਾ ਇੱਕ ਪੈਸਾ ਵੀ ਲੱਖਾਂ ਦੁਆਵਾਂ
ਕੋਲੇ ਕਰ ਦਿੱਤਾ ਤੇ ਇਹਦੇ ਨਾਲ ਸੀ ਸਾਡੇ ਛੋਟੀ ਜੀ ਬਿਟੀਆ ਰਾਣੀ ਜੀ ਲਾਇਰ ਨੇ ਸੀ ਐਡਵੋਕੇਟ ਸਾਹਿਬ ਨੇ ਆਪਦੇ ਪਾਪਾ ਦਾ ਨਾਂ ਰੋਸ਼ਨ ਕੀਤਾ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਆਪਣੇ ਖਾਨਦਾਨ ਦਾ ਤੇ ਕਾਕਾ ਜੀ ਸੁਣਿਓ ਜੇ ਕਿਉਂਕਿ ਤੁਸੀਂ ਲਿਖਿਆ ਤੁਹਾਡੇ ਜ਼ਿਆਦਾ ਯਾਦ ਹੋਣਾ ਮੈਂ ਪਹਿਲੀ ਵਾਰ ਦੇਖਣ ਹਾਂਜੀ ਗਲੀ ਨਾਲੀ ਲਾਉਣ ਵਾਲਾ ਲੱਗਿਆ ਨਿਵਾਉਣ ਵਾਲਾ ਡੰਡੜਾ ਸਿੱਧੂ ਸਾਹਿਬ ਦਾ ਨੰਬਰ ਲੈ ਲਓ ਇਹਨੂੰ ਪੂਰਾ ਕਰਕੇ ਕਿਉਂਕਿ ਆਂਤਰਾ ਬਖੂਬੀ ਅੱਛਾ ਪਰ ਮੇਰੇ ਯਾਦ ਨਹੀਂ ਸੀ ਤੇ ਠੀਕ ਹੈ ਜੀ ਤੇ ਇਹਦੇ ਨਾਲ ਜੀ ਬਾਕੀ ਗੀਤਾਂ ਦਾ ਦੌਰ ਹੈ ਸਦਾ ਸਾਹਿਬ ਜਿੰਨੀ ਰੂਹ ਨਾਲ ਤੁਸੀਂ ਸੁਣ ਰਹੇ ਹੋ ਨਾ ਕਹਿੰਦੇ ਕਰੋੜਾਂ ਦੇ ਬਰਾਬਰ ਇੱਕ ਬਹੁਤ ਪਿਆਰ ਨਾਲ ਤੇ ਇਹਦੇ ਨਾਲ ਜੀ ਬਾਕੀ ਗੀਤਾਂ ਦਾ ਦੌਰ ਹੈ ਇੱਕ ਛੱਲੇ ਦੀ ਫਰਮਾਇਸ਼ ਹੈ ਜੀ ਕਿ ਰੱਜ ਕੇ ਰਵਾਵਾਂ ਤੇ ਇੱਕ ਦੂਜੀ ਵਾਰ ਵਿਆਹ ਕਰਵਾਉਣਾ ਤਰਲੇ ਨੇ ਮਰਦਿਆਂ ਦੇ ਪਹਿਲਾਂ ਰੱਜ ਕੇ ਰਵਾਵਾਂ ਜੀ ਹਨੇ ਉਸ ਵਾਰ ਛੱਲਾ ਫਿਰ ਬਾਕੀ ਕੀਤਾ ਤਾਂ ਇਹ ਗੀਤ ਜਿੰਨਾ ਸੌਖਾ ਲੱਗਦਾ ਹੈ ਨਾ ਜੀ ਉਹਨਾਂ ਹੀ ਸ਼ੁਰੂ ਕਰਨਾ ਔਖਾ ਬਹੁਤ ਔਖਾ
जिन्हां नूं संगीत की नॉलेज है उन्हां नूं पता लग जाता है गाउण च ही गीत ऐ लगता भी बड़ा सौखा है पर इन्नी औखी इहदी शुरुआत है दस वारी खुदा नूं कहना पैंदा है कि ला दे ला Oh,
थैंक यू सर, मेहरबानी। लो दसो ताड़ी है इन्नी संगन वाली की गल। कहिंदे बुरे कर्मा तो जो अपने पेरेंट्स नूं अच्छे ना लगणो कम नहीं करने चाहिए। बाकी जिहड़ियां चीज़ां परमात्मा ने बनाईयां कोई चीज़ बुरी नहीं, अपनी सोची बुरी। हुण कई खंड ना खाण तो उन्हां दा बीपी लो हो जांदा, ते कई नूं खंड ते काटा मारिया होया डाक्टरां ने, है खंड। उस तरह वक्खो वक्खरे दिमाग मुताबक जिहड़ा साडा समाज है वह चलता। साढ़े सत्कारयोग लखविंदर सिंह संधु साहब बहुत सारा मान ते सत्कार करते हैं जी, असीं तहे दिलों शुक्रगुजार हाँ जी। हुण छले की फरमाइश है जी। अच्छा जी संधु साहब नंबर दस साहब तो पहला क्यों नहीं दस्या?